सत श्रीकाल जी सारों, स्वागत है थोड़ा मंदर भाई यूट्यूब चैनल पर। तो अज आप करते हैं स्प्रे मूंगी। तो आ सामने मूंगी है, तो ये विखावे तो स्प्रे कि करते हैं, वह भी थोड़ा विखाने। कोई सुंडी वाल नहीं करते। आप ग्रोथ वास्ते करते हैं, एक तो हैगा M45 आह, तो चॉकलेट रमी आप विखाने दवाई। एक आह तो एक आह है, जिबरेलिक एसिड। एक तो यह स्प्रे कोसबान से यही करते हैं, तो कोसबान से आह की है। आप देखते हैं कि ये देखो ते। चलो आप हम थोड़ा दिखावे मूंगी। आह मूंगी है, आ दवाई का घोल बनाया। आ देखो मूंगी, मूंगी बहुत वधिया करचे बिच वाहे थे। ये भाई जत्था वातावरण प्रेमी है, भाई जत्था वातावरण प्रेमी है। ये करचे बिच बहुत होंगे, अग नहीं लाता ये। अज आप भी लगे स्प्रे करना, नाल बल करना। वैसे हफ्ते च लगता चक लूगी फल। हफ्ते दस दिन च है भाई जैसे ये हफ्ते तक चक लू फल। ठीक है भाई, कहता पहले ही चक लू। बहुत वधिया मूंगी है, आ वेखो तुसीं। मूंगी दा आपां बी वी दसदे आ, स्टार 444 है ये। ते आए खड़ी आओ उधर नूं, 8-9 किले बीजे हुए है, सारी बहुत वधिया है। पहला मूंगी ते सूंडी कंट्रोल नहीं हुंदी सी, तो 2-3 स्प्रेयां करनियां पईयां, पर उदू बाद पानी लाता तो फिर कंट्रोल होगी। खिड़की आंदे भाई स्प्रे बलकार, तू छेती नहीं मुका आंदा यार। एक मोटर चल दी कि दो
ਮੋਟਰ ਇੱਕ ਹੈ ਕਿ ਦੋ? ਇੱਕ ਤੇ ਮੁੱਕ ਜਾਂਦੀ ਹੈ ਇਹ ਤਾਂ ਫਿਰ 2-2.25 ਕਿੱਲੇ ਜਾਂਦੀ ਹੈ ਨਾ। ਤੇ ਬਈ M45 ਹੈ ਜਿਹੜਾ ਉਹ 1 ਕਿੱਲੋ 3 ਕਿੱਲਿਆਂ 'ਤੇ, ਅਤੇ ਜਿਹੜਾ ਐਸਿਡ ਹੈ ਜਬਰੈਲਿਕ ਐਸਿਡ ਹੈ ਜਿਹੜਾ ਉਹ ਵੀ 3 ਕਿੱਲਿਆਂ 'ਤੇ 1 ਲੀਟਰ। ਆਹ ਡੋਜ ਪਾਉਂਦੇ ਹੈ ਅਤੇ ਮੂੰਗੀ ਤੁਸੀਂ ਵੇਖ ਲਓ ਮੂੰਗੀ ਬਹੁਤ ਵਧੀਆ ਹੈ ਅਤੇ ਹਫ਼ਤੇ 10 ਦਿਨਾਂ 'ਤੇ ਚੱਕ ਲਊਗੀ ਫਲ। ਹੈਂ ਨਹੀਂ ਧੁੱਪ ਤਾਂ ਕਿਹੜੀ ਹੈ ਜੇ, ਗਰਮੀ ਗੁਰਮੀ ਤਾਂ ਕੋਈ ਨਹੀਂ ਲੱਗਦੀ ਬਾਈ। ਹਾਂ ਨਹੀਂ ਮੈਂ ਤੈਨੂੰ ਮੈਂ ਗੱਲ ਹੋਰ ਆ, ਮੈਂ ਅੱਗੇ ਵੀ ਇਹਨਾਂ ਨੇ ਜੱਸੇ ਬਾਈ ਵੀ ਹੁਣ ਨਾ ਆਪਾਂ ਕਹਿ ਦਿੰਦੇ ਹਾਂ ਵੀ ਉਹ ਫਲਾਣੀ ਚੀਜ਼ ਬੀਜਦੇ ਬਾਈ ਇਹ ਤਾਂ ਕਾਲ ਭਾਲਦੀ ਹੈ ਜਾਂ ਔੜ ਭਾਲਦੀ ਹੈ, ਹੁਣ ਉਹ ਗੱਲਾਂ ਨਹੀਂ ਰਹਿ ਗਈਆਂ। ਉਹਨਾਂ ਵੇਲੇ ਜਿਹੜੇ ਟਾਈਮ ਸੀਗੇ ਉਦੋਂ ਮੂੰਗੀਆਂ ਉਹ ਹੁੰਦੀਆਂ ਸੀ ਤੇ ਹੁਣ ਤਾਂ ਬੀਆਂ ਦਾ ਫਰਕ ਪੈ ਗਿਆ ਯਾਰ, ਅਕਸਰ ਝਾੜ ਵੀ ਵਧੇ ਹੈ, ਬੀਆਂ ਦਾ ਫਰਕ ਪੈ ਗਿਆ ਬਈ, ਆਪਣੀ ਜ਼ਮੀਨ ਦਾ ਫਰਕ ਪੈ ਗਿਆ, ਝੋਨੇ ਲੱਗਣ ਲੱਗ ਗਏ, ਕਣਕਾਂ ਵਾਂਗ ਪੱਧਰੇ ਹੋ ਗਏ, ਐ ਅੱਗੇ ਗੱਲ ਨਹੀਂ ਕਵਾਉਂਦਾ ਸਗਾਨ ਛੇਤੀ ਦਵਾਈਆਂ ਰਿਆਂ ਸਪਰੇਆਂ ਉਹ ਜੋ ਉਹ ਬਈ ਖੁਸ਼ ਕਰ ਦੇਣੀਆਂ ਵਾਣਾਂ ਨੂੰ। ਹਾਂ ਹਾਂ ਇੱਕ ਵਾਣ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਯਾਰ। ਅੱਗ ਤਾਂ ਮੈਂ ਅੱਗੇ ਆਖਿਆ, ਮੈਂ ਕਿਹਾ ਨਾ ਬਈ ਜੱਸਾ ਮੈਂ ਕਿਹਾ ਅੱਗ ਨਹੀਂ ਲਾਉਂਦਾ ਵਾਣ ਨੂੰ, ਵਾਣ ਨੂੰ ਕੀ ਖਰਚਿਆਂ ਨੂੰ, ਆਪਾਂ ਨੂੰ ਕਣਕ ਵਾਲੇ ਵਾਣ ਨੂੰ ਤਾਂ ਆਪਾਂ ਨੂੰ 5-6 ਸਾਲ ਹੋ ਗਏ ਆਪਾਂ ਕਦੇ ਅੱਗ ਨਹੀਂ ਲਾਈ। ਠੀਕ ਹੈ ਯਾਰ, ਕੋਸ਼ਿਸ਼ ਕਰੀ ਦੀ ਹੈ ਝੋਨੇ ਮੁੱਕ ਵੀ ਜੇ ਤਾਂ ਗੱਠਾਈਆਂ ਵੱਜ ਜਾਣ ਤਾਂ ਬਾਹਲੀ ਵਧੀਆ ਗੱਲ। ਆ ਨਾ ਆ ਬਣਾਉਂਦੀ ਹੁੰਦੀ ਆ ਫਲ ਜਾ ਬਾਈ। ਹਾਂ ਮੈਂ ਤਾਂ ਅੱਗੇ ਆਖਿਆ ਸੀ ਆ ਕੋਰ ਜਿਹਾ ਬਣਾਉਂਦੀ ਹੁੰਦੀ ਆ ਇਹ, ਆ ਨਾ ਜਿਵੇਂ ਕੋਰ ਜਿਹਾ ਬਣਾਉਂਦੀ ਹੁੰਦੀ ਆ, ਇੱਥੋਂ ਨਿਕਲਦੇ ਆ ਉਹ। ਇਹ 3-4 ਦਿਨਾਂ 'ਚ ਬਈ ਹੋਰ ਵੀ ਡੰਡਰ ਲਗਾਈਆਂ ਬਣਾਇਆ ਆਊਗੀ। ਬਲਕਰ ਨਾ ਇੱਥੋਂ ਹੀ ਲੱਗ ਗਈ ਰਹਿੰਦਾ ਸੀ ਤੇਰਾ ਮੈਨੂੰ ਲੱਗਦਾ। ਚਲੋ ਜੀ ਆਪਣੀ ਇਹ ਸੀ ਅੱਜ ਦੀ ਵੀਡੀਓ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਨਵੇਂ ਆਏ ਹਾਂ ਤਾਂ ਕਰ ਲਓ ਸਬਸਕ੍ਰਾਈਬ ਅਤੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ।